ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਜਿਹੜਾ ਤੁਹਾਡਾ ਅਗਲਾ ਇਸ਼ੂ ਹੈਗਾ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਇੱਕ ਅਸੀਂ ਇਹ ਦੱਸ ਦਈਏ ਵੀ ਅੱਜ ਕੁਛ ਟੈਕਨੀਕਲ ਪ੍ਰੋਬਲਮਸ ਕਰਕੇ ਫੇਸਬੁੱਕ ਲਾਈਵ ਨਹੀਂ ਚੱਲ ਰਿਹਾ ਜੀ, ਲੇਕਿਨ ਸ਼ੋਅ ਸਾਡਾ ਔਨ ਹੈ ਔਰ ਸਾਡੇ ਵੀਰ ਭੈਣਾਂ ਇਸ ਨੂੰ TV84.TV ਦੇ ਉੱਤੇ ਜਾ ਕੇ ਇੰਟਰਨੈਟ 'ਤੇ ਔਰ ਆਈਪੈਡ ਔਰ ਸਮਾਰਟਫੋਨਸ ਪਲੱਸ ਜਾਦੂ ਰੋਕੂ ਬਾਕੀ ਜਿਹੜੀਆਂ ਡਿਵਾਈਸਿਸ 'ਤੇ ਦੇਖ ਸਕਦੇ ਨੇ। ਸਾਡੀ ਟੈਕਨੀਕਲ ਟੀਮ ਇਸ 'ਤੇ ਕੰਮ ਕਰ ਰਹੀ ਹੈ, ਸੋ ਅਸੀਂ ਇਸ ਦੇ ਲਈ ਮੁਆਫ਼ੀ ਵੀ ਚਾਹੁੰਦੇ ਹਾਂ। ਦੂਸਰਾ ਪਾਰਟ ਜਿਹੜਾ ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਕੁਛ ਵੀਰਾਂ ਨੇ ਸਾਨੂੰ ਇਹ ਵੀ ਕਿਹਾ ਵੀ ਤੁਸੀਂ ਹੁਣ ਇੰਟਰਨੈਸ਼ਨਲ ਟੌਪਿਕ ਜ਼ਿਆਦਾ ਲੈਂਦੇ ਹੋ ਅਤੇ ਪੰਜਾਬ ਦੇ ਵਿੱਚ ਤਾਂ ਦੇਖੋ ਕਿੰਨਾ ਕੁਛ ਹੋ ਗਿਆ, ਕੇਜਰੀਵਾਲ ਆ ਗਿਆ ਚਲਾ ਗਿਆ, ਕਿੰਨੇ ਅੱਗੋਂ ਗਰੁੱਪ ਬਣ ਗਏ ਕਾਂਗਰਸ ਵਾਲੇ MLA ਅਸੈਂਬਲੀ ਦੇ ਵਿੱਚ, ਜਿਹੜੇ ਰਾਤ ਉਹਨਾਂ ਨੇ ਇਕੱਠੀ ਉਹ ਸੈਸ਼ਨ ਦਾ ਬਾਈਕਾਟ ਕਰਤਾ, ਬੈਂਸ ਭਰਾਵਾਂ ਨੂੰ ਚੁੱਕ ਕੇ ਜਿਹੜੇ ਅਸੈਂਬਲੀ ਦੇ ਮਾਰਸ਼ਲ ਨੇ ਦੋਨੋਂ ਚੁੱਕ ਕੇ ਬਾਹਰ ਲੈ ਗਏ, ਤੁਸੀਂ ਉਸਦਾ ਕੋਈ ਨੋਟਿਸ ਨਹੀਂ ਲਿਆ। ਫਿਰ ਕਈਆਂ ਨੇ ਇਹ ਕਿਹਾ ਜੀ ਹੁਣ ਦੱਸੋ ਵੀ ਇੰਨੇ ਗਰੁੱਪ ਬਣ ਗਏ ਨੇ, ਨਵਜੋਤ ਸਿੱਧੂ ਆਪਣਾ ਮਾਰ ਰਿਹਾ, ਦੂਸਰਾ ਆਪਣਾ ਮਾਰ ਰਿਹਾ, ਕਿਹਦੀ ਸਰਕਾਰ ਬਣੇਗੀ। ਅਤੇ ਮੈਂ ਸੋਚ ਹੀ ਰਿਹਾ ਸੀ, ਮੈਂ ਕਿਹਾ ਕਿ ਵੀ ਜਿਹਨਾਂ ਨੇ ਵੀ ਸਰਕਸ ਦੇਖੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਸਰਕਸ ਕੀ ਹੁੰਦਾ। ਹਾਂਜੀ, ਪਹਿਲਾਂ ਇੱਕ ਜਦੋਂ ਤੱਕ ਅਜੇ ਸਾਰੇ ਜਾਨਵਰਾਂ ਦਾ ਸ਼ੁਰੂ ਨਹੀਂ ਹੁੰਦਾ ਅਤੇ ਫਿਰ ਕੋਈ ਛੋਟਾ ਭਲਵਾਨ ਆ ਕੇ ਪਹਿਲਾਂ ਆਪਣਾ ਉਹ ਬੌਣਾ ਜਿਹਾ ਬੰਦਾ ਰੱਖਿਆ ਹੁੰਦਾ ਤਾਂ ਕਿ ਅਸਲੀ ਭਲਵਾਨ ਨੂੰ ਐਂ ਡੋਲੇ ਦਿਖਾ ਕੇ ਉਹਦੇ ਨਾਲ ਕਰ ਰਿਹਾ ਹੁੰਦਾ। ਹਾਂਜੀ, ਫਿਰ ਕਿਤੇ ਬਾਂਦਰ ਦਾ ਨਾਚ ਹੁੰਦਾ, ਫਿਰ ਕਿਤੇ ਕੋਈ ਹੋਰ ਆ ਕੇ ਨੱਚਦਾ, ਨਹੀਂ ਫਿਰ ਉਹ ਜਿਹੜੀਆਂ ਉਹਨਾਂ ਦੀਆਂ ਜਿਮਨਾਸਟ ਨੇ ਬੀਬੀਆਂ ਉਹ ਚੱਲ ਚਲਾ ਕੇ ਆਪਣਾ ਦਿਖਾਉਂਦੀਆਂ। ਸੋ ਕੁੱਲ ਮਿਲਾ ਕੇ ਇੱਕ ਬੜਾ ਫਿਰ ਸ਼ੇਰ ਜਿਹੜਾ ਸਭ ਤੋਂ ਅਖੀਰ 'ਚ ਦੇਖ ਰਿਹਾ ਹੁੰਦਾ ਨੇ, ਫਿਰ ਉਹ ਰਿੰਗ ਮਾਸਟਰ ਲੈ ਕੇ ਆਉਂਦਾ, ਫਿਰ ਸ਼ੇਰ ਵਿਚਾਰਾ ਗਿੱਦੜ ਜਿਹਾ ਬਣਾਇਆ ਪਿੰਜਰੇ 'ਚੋਂ ਕੱਢ ਕੇ ਲਿਆਉਂਦੇ ਨੇ, ਉਹ ਵੀ ਉਹਨੂੰ ਅਵੇਕ ਕਰ ਰਿਹਾ ਹੁੰਦਾ। ਸੋ ਇਹ ਸਰਕਸ ਦੇ ਰੰਗ ਹੁੰਦੇ ਨੇ ਔਰ ਮੈਂ ਇਹ ਸੋਚ ਹੀ ਰਿਹਾ ਸੀ ਵੀ ਇਸ ਨੂੰ ਡਿਸਕ੍ਰਾਈਬ ਤਾਂ ਹੁਣ ਇੱਕ ਅਸੀਂ ਸਰਕਸ 'ਚ ਵੀ ਕੋਈ ਬਾਂਦਰ ਦਾ ਨਾਚ ਦੇਖ ਰਿਹਾ, ਕੋਈ ਰਿੱਛ ਦਾ ਦੇਖ ਰਿਹਾ, ਕੋਈ ਹੋ ਰਿਹਾ, ਕੋਈ ਪੁੱਠੀਆਂ ਛਾਲਾਂ ਮਾਰ ਰਿਹਾ, ਸਾਰੇ ਤਾੜੀਆਂ ਮਾਰ ਰਹੇ ਨੇ, ਕਿਸੇ ਨੂੰ ਬਾਂਦਰ ਪਸੰਦ ਹੈ, ਕਿਸੇ ਨੂੰ ਰਿੱਛ ਪਸੰਦ ਹੈ। ਅਤੇ ਕੁਦਰਤੀ ਮੈਂ ਦੇਖਿਆ ਕਿ ਵੀ ਅੱਜ ਦੀ ਟ੍ਰਿਬਿਊਨ 'ਚ ਹੀ ਉਹਨਾਂ ਦਾ ਐਡੀਟੋਰੀਅਲ ਤਾਂ ਨਹੀਂ ਹੈ, ਕਾਫੀ ਕਲੈਟਸ ਦੇ ਥੱਲੇ ਉਹਨਾਂ ਦਾ ਜਿਹੜਾ ਹਰੀਸ਼ ਖਾਰੇ ਜਾਂ ਖੇਅਰ ਹੈਗਾ ਉਹ ਦਿਲਚਸਪ ਰਾਈਟ ਅਪ ਕਰਦਾ ਅਤੇ ਉਹਨੇ ਪੰਜਾਬ ਹੋਸਟਿੰਗ ਏ ਗ੍ਰੈਂਡ ਸਰਕਸ, ਉਹਨੇ ਐਗਜੈਕਟਲੀ ਜੋ ਮੈਂ ਸੋਚ ਰਿਹਾ ਸੀ ਕਿ ਮੈਂ ਜੇ ਇਹਨੂੰ ਡਿਸਕਸ ਕਰਾਂ ਕਿਹਨੂੰ ਕ੍ਰੈਡਿਟ ਅਤੇ ਕਿਹਨੂੰ ਡਿਸਕ੍ਰੈਡਿਟ, ਕਿਹੜੀ ਜਿੱਤ ਅਤੇ ਕਿਹੜੀ ਹਾਰ, ਪੰਜਾਬ ਦਾ ਸਿਨੇਰੀਓ ਇੱਕ ਸਰਕਸ ਬਣਾ ਦਿੱਤਾ ਗਿਆ, ਉਹਦੇ 'ਤੇ ਬਾਂਦਰ ਨੱਚ ਰਹੇ ਨੇ, ਤੋਤੇ ਜਿਹੜੇ ਨੇ ਕਰ ਰਹੇ ਨੇ, ਕੋਈ ਘੁੱਗੀਆਂ ਆ ਗਈਆਂ, ਕੋਈ ਹੰਸ ਆ ਗਏ, ਪੰਛੀ ਸਾਰੇ, ਹੁਣ ਕੋਈ ਕਾਂਗਰਸ 'ਚ ਬੜਿਆ ਉਹਨਾਂ ਨੇ ਇੱਕ ਨਚਾਰ ਆ ਗਿਆ, ਉਹ ਨਵਜੋਤ ਸਿੱਧੂ ਕੀ ਹੈ, ਉਹ ਵਨ ਲਾਈਨਰ ਹੀ ਕਰੀ ਜਾਂਦਾ ਉਹ ਆਪੇ ਤਾੜੀਆਂ ਮਾਰ ਕੇ। ਸੋ ਹੁਣ ਇੱਕ ਪਾਸੇ ਤਾਂ ਇਹ ਉਹਨਾਂ ਨੇ ਉਸ ਪਾਸੇ ਘੁੱਗੀ ਖੜਾ ਕੀਤਾ, ਉੱਧਰ ਉਹ ਭਗਵੰਤ ਮਾਨ ਹੈ ਔਰ ਜਿਹੜੇ ਲੱਗੇ ਨੇ ਸੋਸ਼ਲ ਮੀਡੀਆ ਵਾਲੇ ਕੋਈ ਪੁਰਾਣੀ ਫਿਲਮ ਕੱਢ ਕੇ ਜਾਂ ਦੂਜੇ, ਉਹ ਤਾਂ ਸਿਆਸੀ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਲੇਕਿਨ ਇਸ ਸਾਰੇ ਦੇ ਵਿੱਚ ਜਿਨ੍ਹਾਂ ਨੇ ਕਦੇ ਫਿਲਮਾਂ 'ਚ ਕੰਮ ਕੀਤਾ ਜਾਂ ਦੂਸਰਾ, ਉਹਨਾਂ ਸਾਰਿਆਂ ਦੇ ਉੱਤੇ ਸਵਾਲੀਆ ਨਿਸ਼ਾਨ। ਸੋ ਇੱਕ ਬੜਾ ਭੱਦਾ ਲੈਵਲ ਜਿਹੜਾ ਚੱਲ ਰਿਹਾ ਇਸ ਵੇਲੇ ਮੱਡ ਸਲਿੰਗਿੰਗ ਦਾ ਵੀ ਔਰ ਸਿਆਸੀ ਜੋੜ ਤੋੜ ਦਾ ਵੀ। ਉਹੀ ਜਿਹੜੇ ਕੱਲ੍ਹ ਤੱਕ ਨਾਲ ਸੀ ਸਿਫਤਾਂ ਕਰਦੇ ਕਿ ਜੀ ਕੇਜਰੀਵਾਲ ਤੋਂ ਬਿਨਾਂ ਕੋਈ ਹੈ ਹੀ ਨਹੀਂ, ਜੇ ਕੋਈ ਉਤਰਿਆ ਧਰਤੀ ਦੇ ਉੱਤੇ ਅਵਤਾਰ ਤੇ ਹੁਣ ਕੇਜਰੀਵਾਲ ਉਤਰਿਆ, ਉਹ ਉਹਨੂੰ ਡਿਕਟੇਟਰ ਝੂਠਾ ਪਤਾ ਨਹੀਂ ਕੀ ਕੀ ਕਹਿ ਰਹੇ ਨੇ। ਇਹੀ ਨਵਜੋਤ ਸਿੱਧੂ ਜਿਹਨੂੰ ਉਹ ਬੜਾ ਇਮਾਨਦਾਰ ਲੱਗਦਾ ਸੀ ਤੇ ਉਹ ਵੀ ਟਵੀਟ ਕਰਦਾ ਸੀ ਜੀ ਬਹੁਤ ਇਮਾਨਦਾਰ ਸਿੱਧੂ ਸਾਹਿਬ ਔਰ ਫਲਾਣਾ, ਤੇ ਉਹ ਉਹਨੂੰ ਕਹਿ ਰਿਹਾ ਕਿ ਹੁਣ ਕੇਜਰੀਵਾਲ ਨੇ ਕੋਈ ਉਹ ਟ੍ਰੇਡਮਾਰਕ ਲਿਆ ਹੋਇਆ ਇਮਾਨਦਾਰੀ ਦਾ, ਵੀ ਉਹ ਸਮਝਦਾ ਵੀ ਉਹੀ ਇਮਾਨਦਾਰ, ਹੁਣ ਜੇ ਉਹਨੂੰ ਉਹ ਚੀਫ ਮਿਨਿਸਟਰ ਮੰਨ ਲੈਂਦਾ ਫਿਰ ਕੇਜਰੀਵਾਲ ਕੇਜਰੀਵਾਲ ਸੀ। ਸੋ ਮੈਂ ਆਪਣਾ ਕਮੈਂਟ ਤਾਂ ਇਹੀ ਕਹਿਣਾ ਚਾਹੁੰਦਾ ਵੀ ਇਹ ਇੱਕ ਗ੍ਰੈਂਡ ਸਰਕਸ ਹੈ ਔਰ ਇਹ ਕਹਿੰਦੇ ਮੈਨੂੰ ਕੋਈ ਖੁਸ਼ੀ ਨਹੀਂ ਹੋ ਰਹੀ ਜਾਂ ਮੈਂ ਕੋਈ ਇੰਜੋਏ ਨਹੀਂ ਕਰ ਰਿਹਾ, ਇਹ ਅੰਦਰ ਤੁਹਾਡਾ ਰੋਂਦਾ ਕਿ ਸਾਡੀ ਉਸ ਧਰਤੀ ਦੇ ਉੱਤੇ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਇਸ ਕਦਰ ਅਸੀਂ ਜਿਹੜਾ ਉਹ ਅੱਜ ਸਾਡੇ 'ਚ ਡੀ ਜਨਰੇਸ਼ਨ ਆ ਚੁੱਕੀ ਹੈ ਕਿ ਸਾਡੀਆਂ ਧਿਰਾਂ ਸਾਡੇ ਬੰਦੇ ਕਿਸੇ ਇੱਕ ਸੈਟਅਪ ਦੇ ਨਾਲ ਆਪਣੇ ਆਪ ਨੂੰ ਨਹੀਂ ਖੜਾ ਕਰ ਸਕੇ, ਨਹੀਂ ਤੋਰ ਸਕੇ। ਔਰ ਫਿਰ ਜਦੋਂ ਇਹ ਕਹਿੰਦੇ ਨੇ ਕਿ ਵੀ ਉਜੜੇ ਬਾਗਾਂ ਦੇ ਗਾਲਟ ਪਟਵਾਰੀ, ਹੁਣ ਜ਼ਾਹਰ ਹੈ ਕਿ ਬਾਗਾਂ ਦੇ ਵਿੱਚ ਜਦੋਂ ਬਹਾਰ ਹੁੰਦੀ ਹੈ, ਫਲ ਹੁੰਦੇ ਨੇ, ਫੁੱਲ ਹੁੰਦੇ ਨੇ,
ਪੰਛੀ ਹੁੰਦੇ ਨੇ ਔਰ ਇੱਕ ਬਹਾਰ ਹੁੰਦੀ ਹੈ, ਲੇਕਿਨ ਜਦੋਂ ਬਾਗ ਉੱਜੜ ਜਾਂਦਾ ਹੈ ਤਾਂ ਉੱਥੇ ਗਾਲੜੀ ਤੁਰੇ ਫਿਰਦੇ ਨੇ, ਪੂੰਛ ਚੁੱਕ ਕੇ ਕੋਈ ਇੱਧਰ ਹੈ ਕੋਈ ਉੱਧਰ ਹੈ। ਹੁਣ ਇਹ ਸਾਰੇ ਸਮਝਦੇ ਨੇ ਵੀ ਪੰਜਾਬ ਕੁਛ ਉਜਾੜ ਦਿੱਤਾ, ਰਹਿੰਦਾ ਉਜਾੜ ਦੇਣਾ, ਲੁੱਟਣ ਲਈ ਆਏ ਹੋਏ ਨੇ, ਲੁੱਟ ਰਹੇ ਨੇ ਦੋਈ ਦੋਈ ਹੱਥੀਂ, ਟਿਕਟਾਂ ਵੇਚਣ ਲੱਗੇ ਵੀ, ਖਰੀਦਣ ਲੱਗੇ ਵੀ। ਦੂਜੇ ਬਹੁਤਿਆਂ ਨੂੰ ਲੱਗਦਾ ਵੀ ਇਹ ਸਰਕਾਰ ਬਣਨ ਨਹੀਂ ਲੱਗੀ ਸੀ ਤੇ ਸਾਡਾ ਵਿੱਚ ਕੀ ਸ਼ੇਅਰ ਹੋਏਗਾ। ਤੇ ਅਜੇ ਤੱਕ ਅਜੇ ਵਿੱਚ 3-4 ਮਹੀਨੇ ਵਿਚਾੜੇ ਨੇ, ਗੁੰਡਾਗਰਦੀ ਦਾ ਵੀ ਪੂਰਾ ਆਲਮ ਹੈ। ਬਾਦਲ ਕਿਆਂ ਦਾ ਆਪਣਾ ਢੰਗ ਤਰੀਕਾ ਹੈ, ਉਹਨਾਂ ਨੂੰ ਵੀ ਲੱਗਦਾ ਕਿ ਵੀ ਸਾਡੇ ਉੱਥੋਂ ਕਿਹੜਾ ਪਾਵਰ ਖੋਏਗਾ। ਔਰ ਇਸ ਮੁੱਦੇ ਨੂੰ ਹੀ ਉਹਨੇ ਕਿ ਕਿਵੇਂ ਇਹ ਗ੍ਰੈਂਡ ਸਰਕਸ ਹੈ, ਇਹ ਟ੍ਰਿਬਿਊਨ ਦਾ ਰਾਈਟ ਅਪ ਹੈ, ਪੰਜਾਬ ਹੋਸਟਿੰਗ ਏ ਗ੍ਰੈਂਡ ਸਰਕਸ, ਆਊਟਸਾਈਡ ਆਫ ਪੰਜਾਬ ਪੀਪਲ ਆਰ ਕਨਫਿਊਜ਼ਡ ਬਾਈ ਦਾ ਈਅਰ ਸਪਲਿਟਿੰਗ ਕੈਕੋਫੋਨੀ ਦੈਟ ਦਾ ਵੇਰੀਅਸ ਸਪਲੈਂਟਰ ਗਰੁੱਪਸ ਆਫ ਆਮ ਆਦਮੀ ਪਾਰਟੀ ਹੈਵ ਮੈਨੇਜ ਟੂ ਡਰਮ ਅਪ। ਉਹਨੇ ਕਿਹਾ ਜਿਹੜੇ ਇਹਨਾਂ ਦੇ ਅੱਡ ਅੱਡ ਗਰੁੱਪ ਟੁੱਟੇ ਆਮ ਆਦਮੀ ਦੇ, ਜਿੰਨਾ ਸ਼ੋਰੋ ਗੁਲ ਕੈਕੋਫੋਨੀ ਇਹ ਕਰ ਰਹੇ ਨੇ, ਬਾਹਰ ਬੈਠੇ ਲੋਕ ਜਿਹੜੇ ਨੇ ਉਹ ਬੜੇ ਭੰਬਲ ਭੂਸੇ ਚ ਨੇ ਕਿ ਇਹ ਚੱਲ ਕੀ ਰਿਹਾ। ਪੋਲੀਟੀਕਲ ਸਪੇਸ ਇਜ਼ ਬੀਂਗ ਕਨਵਰਟਿਡ ਇਨ ਟੂ ਏ ਗ੍ਰੈਂਡ ਸਰਕਸ, ਕਿ ਕੋਈ ਸਿਆਸੀ ਗੰਭੀਰ ਚਰਚਾ ਇੱਕ ਪਾਸੇ, ਇਹ ਤਾਂ ਇੱਕ ਗ੍ਰੈਂਡ ਸਰਕਸ ਬਣਾ ਦਿੱਤੀ ਹੈ। ਪ੍ਰੈਕਟਿਸਿੰਗ ਕਮੇਡੀਅਨਸ ਐਂਡ ਸਟਰੀਟ ਸਿੰਗਰਸ ਆਰ ਬੀਂਗ ਇੰਜੈਕਟਡ ਔਨ ਟੂ ਪੋਲੀਟੀਕਲ ਸਟੇਜ ਐਜ਼ ਦਾ ਨਿਊ ਸੇਵੀਅਰਸ, ਪ੍ਰਾਈਮੈਰਲੀ ਬਿਕੋਜ਼ ਆਫ ਦੇਅਰ ਐਬਿਲਿਟੀ ਟੂ ਕਮ ਅਪ ਵਿਦ ਮਸਾਲੇਦਾਰ ਵਨ ਲਾਈਨਰਸ। ਉਹਨੇ ਕਿਹਾ ਜੀ ਬਾਕੀ ਤਾਂ ਡਰਾਮੇ ਜਿਹੜਾ ਬਾਕੀ ਖਤਮ ਹੋ ਗਿਆ, ਸੀਰੀਅਸ ਐਲੀਮੈਂਟ ਕੋਈ ਹੈ ਨਹੀਂ, ਅਤੇ ਹੁਣ ਜਿਹੜੇ ਪ੍ਰੈਕਟਿਸਿੰਗ ਕਮੇਡੀਅਨਸ, ਜਿਹੜੇ ਪਰਫਾਰਮਰ ਨੇ, ਹਾਸਾ ਮਜ਼ਾਕ ਠੱਠਾ ਕਰਨ ਵਾਲੇ ਭਾਂਡੇ ਜਿਹਨਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਅਤੇ ਸਟਰੀਟ ਸਿੰਗਰ ਜਿਹੜੇ ਕੰਨ ਦੇ ਨਾਲ ਲਾ ਕੇ ਕਿ ਬਈ ਡੋਲੀ ਚੜ੍ਹਦੇ ਹਾਂ ਮਾਰੀਆਂ ਹੀਰ ਚਿੱਕਾਂ ਨਾ, ਸਟਰੀਟ ਸਿੰਗਰ ਵੀ ਉਹ ਜਿਹੜੇ ਨੇ ਉਹ ਸਟਰੀਟ ਸਿੰਗਰਸ, ਉਹਨਾਂ ਨੇ ਆਰ ਬੀਂਗ ਇੰਜੈਕਟਡ ਇਨ ਟੂ ਦਾ ਪੋਲੀਟੀਕਲ ਸਟੇਜ, ਸਿਆਸੀ ਸਟੇਜ ਦੇ ਉੱਤੇ ਉਹ ਆ ਗਏ ਐਜ਼ ਦਾ ਨਿਊ ਸੇਵੀਅਰਸ। ਉਹ ਕਹਿ ਰਹੇ ਨੇ ਸਾਨੂੰ ਦਿਓ ਜੀ, ਅਸੀਂ ਕਿਸਾਨਾਂ ਦੇ ਕਰਜ਼ੇ ਉਡਾ ਦਿਆਂਗੇ, ਉਹ ਉਹਨਾਂ ਨੂੰ ਅਸੀਂ ਬਹਿਸ਼ਤ ਲੈ ਜਾਵਾਂਗੇ, ਸਾਰੇ ਕਿਸਾਨ ਜਿਹੜੇ ਨੇ ਉਹ ਏਅਰ ਕੰਡੀਸ਼ਨਾਂ 'ਚ ਬੈਠ ਕੇ ਜਿਹੜੇ ਹੈ ਉਹ ਸ਼ਾਮ ਨੂੰ ਫਰੂਟ ਸੈਲਡ ਖਾਇਆ ਕਰਨਗੇ, ਅਸੀਂ ਉਹ ਸੁਸਾਈਡ ਥੋੜ੍ਹੀ ਕਰਨਗੇ। ਹੁਣ ਇਹ ਸਟਰੀਟ ਸਿੰਗਰ ਕਾਮੇਡੀਅਨ ਨੇ ਭੰਡ ਭੱਟ ਔਰ ਇਹ ਜਿਹੜੇ ਗਵੱਈਏ ਨੇ ਗਲੀਆਂ ਦੇ, ਇਹ ਲੋਕਾਂ ਦਾ ਜਿਹੜਾ ਉਹ ਕਲਿਆਣ ਕਰਨਗੇ, ਪ੍ਰਾਈਮੈਰਲੀ ਬਿਕੋਜ਼ ਆਫ ਐਬਿਲਿਟੀ ਟੂ ਕਮ ਅਪ ਵਿਦ ਅ ਮਸਾਲੇਦਾਰ ਵਨ ਲਾਈਨਰ। ਕਹਿੰਦੇ ਵੀ ਉਹਨਾਂ ਦਾ ਸੌਦਾ ਇਸ ਲਈ ਵਿਕ ਰਿਹਾ, ਲੋਕ ਵੀ ਆ ਜਾਂਦੇ ਨੇ ਕਿ ਉਹ ਮਸਾਲੇਦਾਰ ਜੁਮਲੇ ਬੋਲਦੇ ਨੇ, ਇੱਕ ਲਾਈਨਰ ਹੀ ਕਰਕੇ ਇੱਕ ਲਾਈਨ ਕਰੋ, ਉਹ ਵੀ ਚੀਕਾਂ ਮਾਰ ਕੇ ਲੋਕ ਵੀ ਕਰ ਰਹੇ ਹੁੰਦੇ ਨੇ, ਉਹ ਵੀ ਕਰ ਰਹੇ ਹੁੰਦੇ ਨੇ, ਆਹੀ ਕੰਮ ਸਿੱਧੂ ਕਰਦੇ, ਇਹਨੇ ਵੀ ਨਾਂ ਲਿਆ ਉਹਦਾ। ਨਵਜੋਤ ਸਿੱਧੂ ਹੈਜ਼ ਨਾਓ ਲਾਂਚਡ ਸਮਥਿੰਗ ਕਾਲਡ ਆਵਾਜ਼ੇ ਪੰਜਾਬ ਆਫਟਰ ਫੇਲਿੰਗ ਟੂ ਅਰਾਈਵ ਐਟ ਐਨੀ ਸੈਟਿਸਫੈਕਟਰੀ ਅੰਡਰਸਟੈਂਡਿੰਗ ਵਿਦ ਅਰਵਿੰਦ ਕੇਜਰੀਵਾਲ, ਕਿ ਵੀ ਹੁਣ ਉਹਨੇ ਆਵਾਜ਼ੇ ਪੰਜਾਬ ਬਣਾ ਦਿੱਤੀ ਕਿਉਂਕਿ ਉਹਦਾ ਕੋਈ ਸੈੱਟ ਨਹੀਂ ਹੋਇਆ ਫਾਰਮੂਲਾ ਕੇਜਰੀਵਾਲ ਦੇ ਨਾਲ। ਐਂਡ ਇਨ ਏ ਟਾਇਰਡਲੀ ਫੈਮੀਲੀਅਰ ਫੈਸ਼ਨ ਆਫ ਏ ਜਿਲਟਡ ਲਵਰ ਹੀ ਹੈਡ ਕੁਆਈਟ ਏ ਮਾਊਥਫੁੱਲ ਟੂ ਸੇ ਅਬਾਊਟ ਕੇਜਰੀਵਾਲ। ਉਹ ਕਹਿੰਦਾ ਜਿਵੇਂ ਪਿਆਰ ਟੁੱਟ ਜਾਏ ਤੜਕ ਕਰਕੇ ਜਿਹਨੂੰ ਕਹਿੰਦੇ ਨੇ, ਅਤੇ ਫਿਰ ਜਿਹੜਾ ਟੁੱਟਾ ਹੁੰਦਾ ਜਿਵੇਂ ਫਿਰ ਇੱਕ ਦੂਜੇ ਦੇ ਉੱਤੇ ਜੋ ਕਹਿੰਦੇ ਨੇ, ਕਹਿੰਦੇ ਇਹਦਾ ਹਾਲ ਇਹ ਹੈ ਵੀ ਇਹਦਾ ਪਿਆਰ ਵਿੱਚ ਵਿਚਾਲੇ ਹੀ ਟੁੱਟ ਗਿਆ ਕੇਜਰੀਵਾਲ ਨਾਲ। ਪਿਆਰ ਕੇਜਰੀਵਾਲ ਨਾਲ ਥੋੜ੍ਹੀ ਸੀ, ਚੀਫ ਮਿਨਿਸਟਰ ਦੀ ਕੁਰਸੀ ਨਾਲ ਸੀ, ਅਤੇ ਉਹਨੇ ਕੇਜਰੀਵਾਲ ਨੇ ਕਿਹਾ ਸਿੱਧੂ ਸਾਹਿਬ ਆਪ ਪ੍ਰਚਾਰ ਕਰੇ ਬਸ, ਸੀ ਐਮ ਮੈਂ ਬਣੂੰਗਾ। ਕਹਿੰਦਾ ਹੱਦ ਹੋ ਗਈ, ਪ੍ਰਚਾਰ ਮੈਂ ਕਰਾਂ, ਸੀ ਐਮ ਤੂੰ ਬਣ ਜਾਏ। ਤਾਂ ਉਹਨੇ ਕਿਹਾ ਵੀ ਐਜ਼ ਏ ਜਿਲਟਡ ਲਵਰ, ਜਿਵੇਂ ਟੁੱਟੇ ਦਿਲ ਵਾਲਾ ਪਿਆਰਾ ਪਿਆਰ ਵਾਲਾ ਹੁੰਦਾ, ਇਹ ਹਾਲ ਕੇਜਰੀਵਾਲ ਦਾ। ਅਤੇ ਹੁਣ ਛੋਟੇ ਪੁਰਲੇ ਉਹਨੇ ਹੋਰ ਵੀ ਖਤਰਨਾਕ, ਦਾ ਸੇਮ ਗੋਜ਼ ਫੋਰ ਦਾ ਅਦਰ ਜਿਲਟਡ ਮਿਸਟਰੈਸ ਸੁੱਚਾ ਸਿੰਘ ਛੋਟੇਪੁਰ। ਉਹਨੇ ਕਿਹਾ ਉਹ ਵਿਚਾਰੀ ਰਖੇਲ ਜਿਹਨੂੰ ਬਣਾਇਆ ਸੀ ਛੋਟੇਪੁਰ ਨੂੰ ਵੀ ਵਰਤਿਆ 2-2.5 ਸਾਲ, ਉਹਦਾ ਹਾਲ ਉਹਦੇ ਵਾਲਾ ਹੋਇਆ ਹੈ। ਹੀ ਹੈਡ ਅਲਾਊਡ ਹਿਮਸੈਲਫ ਟੂ ਬੈਡ ਮਾਊਥ ਦਾ ਵੈਰੀ ਲੀਡਰ ਕੇਜਰੀਵਾਲ, ਹੀ ਵਾਜ਼ ਐਕਸਟੋਲਿੰਗ ਟਿਲ ਦਾ ਅਦਰ ਡੇ। ਉਹਨੇ ਕਿਹਾ ਜੀ ਕੱਲ੍ਹ ਤੱਕ ਜਿਸ ਕੇਜਰੀਵਾਲ ਦੇ ਗੁਣ ਗਾਉਂਦੇ ਸੀ, ਹੁਣ ਉਹ ਉਹਦੇ ਦੁਆਲੇ ਡੰਡਾ ਕੱਢਿਆ ਹੋਇਆ ਉਹਨਾਂ ਨੇ, ਉਹਨਾਂ ਨੂੰ ਲੱਗਿਆ ਵੀ ਮੈਨੂੰ ਵੀ ਵਰਤ ਗਿਆ। ਐਂਡ ਟੂ ਕੰਪਲੀਕੇਟ ਦਾ ਪਲੋਟ, ਅਰਵਿੰਦ ਕੇਜਰੀਵਾਲ ਹਿਮਸੈਲਫ ਇਜ਼ ਥਰੈਟਨਿੰਗ ਟੂ ਸਟੇ ਇਨ ਪੰਜਾਬ ਐਟ ਲੀਸਟ ਟਿਲ ਦਾ ਅਸੈਂਬਲੀ ਇਲੈਕਸ਼ਨ। ਉਹ ਕਹਿੰਦਾ ਵੀ ਇਹ ਸਾਰੇ ਦੇ ਉੱਤੇ ਟੋਪਿੰਗ ਇਹ ਹੈ ਵੀ ਆਈਸਕ੍ਰੀਮ ਤਾਂ ਹੈ ਉੱਤੇ, ਚੈਰੀ ਦੀ ਟੋਪਿੰਗ ਰੱਖੀ ਹੈ। ਕੇਜਰੀਵਾਲ ਕਹਿੰਦਾ ਮੈਂ ਚੱਲਿਆ ਥੋੜ੍ਹੀ ਇੱਥੇ, ਮੈਂ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਹਮ ਯਹਾਂ ਰਹੇਂਗੇ, ਬਾਦਲ ਕੋ ਵੀ ਅੰਦਰ ਦੇਂਗੇ, ਮਜੀਠੀਏ ਕੋ ਵੀ, ਔਰ ਉਨਕੀ ਪ੍ਰੋਪਰਟੀ ਸਭ ਜ਼ਬਤ ਕਰਕੇ ਨਿਲਾਮ ਕਰ। ਦੱਸ ਤੂੰ ਇਹ ਇਹ ਕਿਹੜਾ ਸਿਸਟਮ ਹੈ ਉੱਥੇ, ਜਦੋਂ ਤੁਸੀਂ ਕਿਸੇ ਦੀਆਂ ਪ੍ਰੋਪਰਟੀਜ਼ ਖੋਹਦੇ ਹੋ, ਬੀਜੇਪੀ ਨੇ ਨਾ ਖੋ ਰਹੀਆਂ ਕਾਂਗਰਸ ਦੀਆਂ, ਸੋ ਔਰ ਜੋ ਚੱਲ ਰਿਹਾ, ਔਰ ਅਮਰਿੰਦਰ ਆਇਆ ਸੀ ਪਾਵਰ 'ਚ, ਉਹਨੇ ਟਿਲ ਲਾਇਆ ਵੀ ਕਿਸੇ ਤਰੀਕੇ, ਇੱਕ ਦੋ ਦਿਨ ਲਈ ਉਹਨੇ ਅੰਦਰ ਦਿੱਤਾ ਪਿਓ ਪੁੱਤਰ ਨੂੰ, ਪਰ ਤੁਸੀਂ
ਜਿੱਥੇ ਸੋ ਕਾਲਡ ਡੈਮੋਕ੍ਰੇਸੀ ਦੇ ਨਾਂ ਥੱਲੇ ਅਦਾਲਤਾਂ ਜੱਜ ਖਰੀਦੇ ਜਾਂਦੇ ਨੇ ਮਹਿੰਗੇ ਮੁੱਲ, ਕੌਣ ਕਿਹਦੀ ਪ੍ਰੋਪਰਟੀ ਨੂੰ ਕਨਫਿਸਕੇਟ ਕਰਦਾ? ਲੇਕਿਨ ਜਦੋਂ ਤੁਸੀਂ ਝੂਠ ਹੀ ਬੋਲਣਾ ਤਾਂ ਫਿਰ ਕਹਿੰਦੇ ਨੇ ਇੰਨਾ ਵੱਡਾ ਝੂਠ ਬੋਲੋ ਕਿ ਵੀ ਸੁਣਨ ਵਾਲੇ ਨੂੰ ਵੀ ਲੱਗੇ ਵੀ ਆਹ ਤਾਂ ਝੂਠ ਨਹੀਂ ਹੋ ਸਕਦਾ, ਇਹ ਜ਼ਰੂਰ ਇਹਦੇ 'ਚ ਸੱਚ ਹੋਣਾ। ਦਾ ਆਮ ਆਦਮੀ ਪਾਰਟੀ ਲੀਡਰ ਇਜ਼ ਫਾਈਂਡਿੰਗ ਹਿਮਸੈਲਫ ਸਬਜੈਕਟਿਡ ਟੂ ਦਾ ਸੇਮ ਟ੍ਰੀਟਮੈਂਟ ਹਿਸ ਪਾਰਟੀ ਹੈਡ ਮਿਟਿਡ ਆਊਟ ਟੂ ਦਾ ਅਦਰਸ, ਸਟਿੰਗ ਆਪਰੇਸ਼ਨਸ, ਸੀਡੀਜ਼, ਫਾਲਸ ਐਂਡ ਮੋਟੀਵੇਟਿਡ ਐਕੂਜੇਸ਼ਨਸ ਐਂਡ ਕਰੈਕਟਰ ਅਸੈਸੀਨੇਸ਼ਨ, ਸੌਸ ਫਾਰ ਦਾ ਗੂਜ਼ ਇਜ਼ ਸੌਸ ਫਾਰ ਦਾ ਗੈਂਡਰ। ਹੁਣ ਉਹ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ 'ਚ ਜੋ ਬੀਜਿਆ ਹੋਇਆ ਇਹਨਾਂ ਨੇ ਉਹੀ ਵੱਢਣ ਨੂੰ ਮਿਲ ਰਿਹਾ, ਵੀ ਜਿਵੇਂ ਇਹਦੀ ਪਾਰਟੀ ਕੀ ਕਰਦੀ ਸੀ, ਆਮ ਆਦਮੀ ਪਾਰਟੀ ਨੇ ਪੋਲੀਟੀਸ਼ੀਅਨਸ ਦੀਆਂ ਸੀਡੀਜ਼ ਬਣਾਈਆਂ, ਕਨਵਰਸੇਸ਼ਨ ਕਰ ਰਹੇ ਨੇ ਰਿਕਾਰਡ ਕਰਕੇ, ਸਟਿੰਗ ਆਪਰੇਸ਼ਨ ਕੀਤੇ, ਫਿਰ ਝੂਠੇ ਇਲਜ਼ਾਮ ਤਰਾਸ਼ੀਆਂ ਕੀਤੀਆਂ ਅਤੇ ਦੂਸਰਿਆਂ ਦੇ ਆਚਰਣ ਦੇ ਉੱਤੇ ਧੱਬਾ ਪਾਇਆ। ਔਰ ਇਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਸੌਸ ਫਾਰ ਦਾ ਗੂਜ਼ ਇਜ਼ ਸੌਸ ਫਾਰ ਦਾ ਗੈਂਡਰ। ਸੌਸ ਫਾਰ ਦਾ ਗੂਜ਼, ਗੂਜ਼ ਬਤਖ ਨੂੰ ਕਹਿੰਦੇ ਨੇ, ਗੈਂਡਰ ਹੀ ਬਤਖ ਹੈ, ਅਦਰਵਾਈਜ਼ ਬਤਖ ਸ਼ੀ ਬਤਖ ਹੈ। ਉਹਨੇ ਕਿਹਾ ਜੀ ਜਿਹੜਾ ਫਾਰਮੂਲਾ ਫਿਰ ਬਤਖ 'ਤੇ ਲਾਗੂ ਹੁੰਦਾ ਹੈ ਉਹੀ ਨਰ ਬਤਖ 'ਤੇ ਵੀ ਲਾਗੂ ਹੁੰਦਾ, ਵੀ ਜੋ ਕੁਝ ਕੇਜਰੀਵਾਲ ਦੀ ਪਾਰਟੀ ਜਾਂ ਕੇਜਰੀਵਾਲ ਦੂਸਰਿਆਂ ਦੇ ਨਾਲ ਕਰਦੇ ਰਹੇ ਨੇ ਸਟਿੰਗ ਆਪਰੇਸ਼ਨ, ਔਰ ਦੂਸਰਿਆਂ ਨਾਲ ਅੱਜ ਉਹਨਾਂ ਨਾਲ ਵੀ ਹੋ ਰਿਹਾ। ਹੁਣ ਬਾਦਲਾਂ ਦੀ ਗੱਲ ਕੀਤੀ ਹੈ ਜੀ, ਦਾ ਬਾਦਲ ਸਟ੍ਰੈਟਜੀ ਸੀਮਸ ਟੂ ਬੀ ਟੂ ਐਨਕਰੇਜ ਐਂਡ ਇਫ ਪੋਸੀਬਲ ਫਾਈਨੈਂਸ ਡਿਵੀਜ਼ਨਸ ਐਂਡ ਸਬ ਡਿਵੀਜ਼ਨਸ ਇਨ ਆਮ ਆਦਮੀ ਪਾਰਟੀ ਕੰਸਟੀਚੁਐਂਸੀ। ਉਹਨੇ ਕਿਹਾ ਜੀ ਬਾਦਲ ਕਿਆ ਨੂੰ ਲੱਗਦਾ ਹੈ ਵੀ ਇਹ ਅੱਗੋਂ ਹੋਰ ਵੰਡੇ ਜਾਣ ਜ਼ਰਾ, ਹੈਂਜੀ, ਔਰ ਉਹ ਜੇ ਉਹਨਾਂ ਨੂੰ ਪੈਸੇ ਵੀ ਦੇਣੇ ਪੈਣਗੇ ਜਾਂ ਪੈਂਦੇ ਨੇ ਤਾਂ ਉਹ ਅੱਗੋਂ ਇਹਨਾਂ ਦਾ ਕੰਮ ਹੋਰ ਕਰ ਰਹੇ ਨੇ। ਕੇਜਰੀਵਾਲ ਐਂਡ ਇਜ਼ ਐਡਵਾਈਜ਼ਰ ਵੁੱਡ ਡਿਸਕਵਰ ਦੈਟ ਅਨਲਾਈਕ ਸ਼ੀਲਾ ਦੀਕਸ਼ਿਤ, ਦਾ ਬਾਦਲਸ ਡੂ ਨਾਟ ਮੇਕ ਏ ਪੋਲਾਈਟ ਓਪੋਨੈਂਟ ਨੋਰ ਡੂ ਦੇ ਪਲੇ ਬਾਈ ਦਾ ਰੂਲਸ। ਉਹਨੇ ਕਿਹਾ ਜੀ ਦਿੱਲੀ 'ਚ ਤਾਂ ਕੇਜਰੀਵਾਲ ਦਾ ਵਾਸ ਸੀ ਸ਼ੀਲਾ ਦੀਕਸ਼ਿਤ ਨਾਲ, ਅਤੇ ਉਹ ਤਾਂ ਵਿਚਾਰੀ ਚੁੱਪ ਚਾਪ ਜਿਹਾ ਜਿਵੇਂ ਉਹ ਕਰਦੇ ਰਹੇ ਉਹ ਤਾਂ ਹਟ ਗਏ। ਉਹਨੂੰ ਕਹਿੰਦਾ ਪੰਜਾਬ 'ਚ ਪਤਾ ਲੱਗੇਗਾ ਕਿ ਬਾਦਲ ਜਿਹੜੇ ਨੇ ਸ਼ੀਲਾ ਦੀਕਸ਼ਿਤ ਨਹੀਂ ਹੈਗੇ, ਔਰ ਇਹ ਪੂਰਾ ਗੁੰਡਾ ਕੰਮ ਹੈ, ਔਰ ਇਹ ਕੋਈ ਨੋਟ ਪਲੇ ਬਾਈ ਦਾ ਰੂਲਸ, ਇਹ ਕੋਈ ਕਿਸੇ ਕਾਨੂੰਨ ਦੇ ਥੱਲੇ ਇਹਨਾਂ ਨਾਲ ਤੁਸੀਂ ਨਹੀਂ ਨਿਬੜ ਸਕਦੇ। ਐਂਡ ਦੇ ਆਰ ਹੈਪੀਲੀ ਹੈਲ ਬੈਂਟ ਔਨ ਮਿਸ ਯੂਜਿੰਗ ਦਾ ਸਟੇਟ ਗਵਰਨਮੈਂਟਸ ਮਸਲ ਐਂਡ ਮਸ਼ੀਨਰੀ। ਉਹਨੇ ਕਿਹਾ ਜੀ ਬਾਦਲ ਦਲ ਜਿਹੜਾ ਉਹ ਪੂਰਾ ਹੈਲ ਬੈਂਟ ਹੁੰਦਾ ਵੀ ਉਹਨਾਂ ਨੇ ਪੂਰਾ ਤਹੀਆ ਕੀਤਾ ਹੁੰਦਾ ਕਿਸੇ ਹੱਦ ਤੱਕ ਵੀ ਜਾ ਕੇ ਉਹ ਸਟੇਟ ਦੀ ਮਸ਼ੀਨਰੀ ਔਰ ਜਿਹੜਾ ਤਾਕਤ ਹੈ ਗੁੰਡਿਆਂ ਦੀ ਉਹਨੂੰ ਇਸਤੇਮਾਲ ਕਰ ਰਹੇ ਨੇ। ਦਾ ਕਾਂਗਰਸ ਲੀਡਰਸ਼ਿਪ ਟੂ ਇਜ਼ ਨੋਟ ਡਿਸਪਲੀਜ਼ਡ ਬਾਈ ਦਿਸ ਸੈਲਫ ਇਨਫਲਿਕਟਡ ਮੈਲਡਾਊਨ ਇਨ ਏਪੀ ਰੈਂਕਸ। ਉਹਨੇ ਕਿਹਾ ਜੀ ਕਾਂਗਰਸ ਵੀ ਖੁਸ਼ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਰੈਂਕ ਨੇ ਉਹਨਾਂ ਦੇ ਵਿੱਚ ਅੱਗੋਂ ਡਿਵੀਜ਼ਨ ਹੈ। ਦਾ ਕਾਂਗਰਸ ਲੀਡਰਸ ਫਾਈਨਲੀ ਸੀਮ ਟੂ ਬੀ ਰਿਅਲਾਈਜ਼ਿੰਗ ਦੈਟ ਇਫ ਦੇ ਕੈਨ ਪੁੱਟ ਅਪ ਏ ਯੂਨਾਈਟਿਡ ਸ਼ੋ ਟਿਲ ਦਾ ਇਲੈਕਸ਼ਨ ਨਾਈਟ, ਦਾ ਬੈਟਲ ਇਜ਼ ਮੋਰ ਦੈਨ ਹਾਫ ਵਨ। ਕਾਂਗਰਸ ਵਾਲਿਆਂ ਨੂੰ ਵੀ ਲੱਗਦਾ, ਉਹ ਕਹਿੰਦਾ ਇਹ ਵੀ ਛੂ ਛੂ ਦਾ ਮਰੱਬਾ, ਉਹ ਕਹਿੰਦੇ ਨੇ ਇਕੱਠੇ ਰਹੋ ਘੱਟੋ ਘੱਟ ਚੋਣਾਂ ਦੀ ਰਾਤ ਤੱਕ ਅਤੇ ਰਹੋ ਵੋਟਾਂ ਪੈਣ ਤੱਕ ਫਿਰ ਲੜ ਪਾਂਗੇ, ਔਰ ਉਹਦੇ 'ਚੋਂ ਉਹਨਾਂ ਨੂੰ ਵੀ ਕੋਈ ਫਾਇਦਾ ਹੋ ਸਕਦਾ। ਬਟ ਇਟ ਇਜ਼ ਵੈਰੀ ਕਰੂਸ਼ਲ ਇਫ ਇਨ ਦਾ ਕਾਂਗਰਸ ਸਕੀਮ ਆਫ ਥਿੰਗਸ, ਪਰ ਇਹ ਲੱਗਦਾ ਨਹੀਂ ਵੀ ਇਵੇਂ ਹੋਏ। ਫਿਰ ਉਹਨੇ ਬੀਜੇਪੀ ਦਾ ਕਿਹਾ, ਉਹਨੇ ਕਿਹਾ ਜੀ ਬੀਜੇਪੀ ਵਿੱਚ ਵਿਚਾਲੇ ਫਸੀ ਹੋਈ ਹੈ, ਧਰਮ ਸੰਕਟ ਹੈ, ਬਾਦਲ ਨਾਲ ਜਾਏਗਾ। ਉਹਨੇ ਕਿਹਾ ਵੀ ਮੋਦੀ ਆਏਗਾ ਉੱਥੇ ਪ੍ਰਚਾਰ ਕਰਨ ਨਹੀਂ ਆਏਗਾ। ਫਿਰ ਉਹਨੇ ਕਿਹਾ ਕਿ ਵੀ ਇਹ ਇਨ ਦਾ ਐਂਡ ਇਹੀ ਹੋਏਗਾ ਕਿ ਵੀ ਬੀਜੇਪੀ ਦੇਖੇਗੀ, ਮੋਦੀ ਦੇਖੇਗਾ ਵੀ ਕਿਸ ਪਾਸੇ ਵੱਲ ਆਵਾਜ਼ ਆ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਉਸ ਨਾਲੋਂ ਟੁੱਟੇ ਜਿਹੜੇ ਨੇ ਉਹਨਾਂ ਨੂੰ ਵੀ ਲਾਈਮ ਲਾਈਟ ਮਿਲ ਰਹੀ ਹੈ, ਔਰ ਇਸ ਵੇਲੇ ਇੱਕ ਗੱਲ ਜ਼ਰੂਰ ਹੈ, ਨੋਟ ਵਿਦ ਸਟੈਂਡਿੰਗ ਦਾ ਗ੍ਰੈਂਡ ਕਨਫਿਊਜ਼ਨ ਇਟ ਹੈਜ਼ ਕ੍ਰੀਏਟਡ, ਦਾ ਆਮ ਆਦਮੀ ਪਾਰਟੀ ਕਰਾਊਡ ਹੈਜ਼ ਪ੍ਰੈਟੀ ਮੱਚ ਇਨਸ਼ੋਰਡ ਦੈਟ ਦਾ ਬਾਦਲਸ ਡੇਜ਼ ਆਰ ਨੰਬਰਡ, ਦੈਟ ਇਟ ਸੈਲਫ ਵੁੱਡ ਬੀ ਏ ਸਬਸਟੈਂਟਿਵ ਅਚੀਵਮੈਂਟ। ਉਹਨੇ ਕਿਹਾ ਬਾਕੀ ਤਾਂ ਗ੍ਰੈਂਡ ਸਰਕਸ ਹੀ ਹੈ, ਪਰ ਇੱਕ ਗੱਲ ਜ਼ਰੂਰ ਹੈ ਵੀ ਇਉਂ ਜਾਪਦਾ ਵੀ ਜਿਵੇਂ ਬਾਦਲਾਂ ਦੇ ਦਿਨ ਥੋੜ੍ਹੇ ਹੋਣ, ਇਸ ਗੱਲ ਨੂੰ ਇਹਨਾਂ ਨੇ ਜ਼ਰੂਰ ਯਕੀਨੀ ਬਣਾਇਆ। ਲੇਕਿਨ ਇਨ ਦਾ ਐਂਡ ਆਫ ਦਾ ਡੇ ਪੰਜਾਬ ਹੋਸਟਿੰਗ ਏ ਗ੍ਰੈਂਡ ਸਰਕਸ, ਪੰਜਾਬ ਗੁਰੂਆਂ ਦੀ ਧਰਤੀ ਦੇ ਉੱਤੇ ਜਿੱਥੇ ਸਾਡਾ ਜਵਾਨੀ ਦਾ ਖੂਨ ਡੁੱਲਿਆ, ਅੱਜ ਇਹ ਸਰਕਸ ਲੱਗੀ ਹੋਈ ਹੈ, ਬਾਂਦਰ ਵੀ ਨੱਚ ਰਿਹਾ, ਰਿੱਛ ਵੀ ਨੱਚ ਰਿਹਾ, ਔਰ ਬਾਜੀਗਰ ਬਾਜੀਆਂ ਵੀ ਪਾ ਰਹੇ ਨੇ, ਔਰ ਲੋਕ ਜਿਹੜੇ ਨੇ ਸਰਕਸ ਤੋਂ ਫਿਰ ਕੀ ਕਰਦੇ ਨੇ, ਹੂ ਹੂ ਹਾ ਹਾ ਕਰਦੇ ਆ, ਘਰਾਂ ਨੂੰ ਚਲੇ ਜਾਂਦੇ ਨੇ, ਤੇ ਸਰਕਸ ਸਰਕਸ ਹੀ ਹੁੰਦੀ ਹੈ। ਸੋ ਇਹ ਕੋਈ ਇਹ ਰਿਡੀਕਿਊਲ ਕੀਤਾ ਟ੍ਰਿਬਿਊਨ ਪੰਜਾਬ ਦੇ ਲੋਕਾਂ ਨੂੰ ਔਰ ਸਾਰੇ ਸਿਸਟਮ ਨੂੰ ਕਿ ਕਿਸ ਹੱਦ ਤੱਕ ਨਿਗਾਰ ਸਾਡੇ ਚ ਆਇਆ ਹੋਇਆ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ, ਵਿਊਰਸ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।